ਕਰੀਏ ਵਾਲੇ ਆਪਣੇ ਨਗਰ ਮੂਸਾ ਪਿੰਡ ਦੇ ਸਮੂਹ ਵਾਸੀਆਂ ਨੂੰ ਬੇਨਤੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਨਗਰ ਦੇ ਹੋਣਹਾਰ ਬੱਚੇ ਸਾਡੇ ਪੰਜਾਬ ਦਾ ਉੱਭਰਦਾ ਸਿਤਾਰਾ ਗੱਭਰੂਆਂ ਦੇ ਦਿਲਾਂ ਦੀ ਧੜਕਣ ਮਹਿਰੂਮ ਸੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਅਕਾਲ ਚਲਾਣਾ ਕਰਕੇ ਸਨ ਜੋ ਸਮੁੱਚੇ ਪੰਜਾਬ ਔਰ ਪਿੰਡ ਦੇ ਵਿੱਚ ਸਮੁੱਚੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਤਮ ਛਾਇਆ ਹੋਏ ਉਸ ਦੇ ਗਮ ਨੂੰ ਮੁੱਖ ਰੱਖਦਿਆਂ ਹੋਏ ਆ ਸਮੁੱਚੇ ਪਿੰਡ ਵੱਲੋਂ ਜਿਹੜੀ ਦੀਵਾਲੀ ਆ ਭਾਈ ਉਹ ਕਾਲੀ ਦੀਵਾਲੀ ਰੂਪ ਦੇ ਵਿੱਚ ਸੋਗ ਦੇ ਰੂਪ ਦੇ ਵਿੱਚ ਮਨਾਈ ਜਾਣੀ ਹੈ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਨੇ ਭਾਈ ਸੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਐਤਕੀ ਜਿਹੜੀ ਦੀਵਾਲੀ ਮਨਾਉਣੀ ਹੈ ਉਹ ਕਾਲੀ ਦੀਵਾਲੀ ਮਨਾਉਣੀ ਹੈ ਦੁਬਾਰਾ ਫੇਰ ਪਿੰਡ ਮੂਸਾ ਦੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਜੋ ਪਿਛਲੇ ਦਿਨੀ ਸਾਡੇ ਨਗਰ ਦੇ ਹੋਣਹਾਰ ਬੱਚੇ ਨੌਜਵਾਨ ਦਿਲਾਂ ਦੀ ਧੜਕਣ ਸਾਡੇ ਪੰਜਾਬ ਦੇ ਉੱਭਰਦੇ ਸਿਤਾਰੇ ਜਿਹਨੇ ਗਾਇਕੀ ਦੇ ਨਾਂ 'ਤੇ ਪਿੰਡ ਦਾ ਸਾਡੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਸੋ ਚਮਕਾਇਆ ਹੈ ਸੋ ਦੋਖੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਿਛਲੇ ਦਿਨੀ ਉਹਦਾ ਕਤਲ ਕੀਤਾ ਗਿਆ ਸੋ ਉਹਦੇ ਗਮ ਦੇ ਵਿੱਚ ਜੋ ਐਤਕੀ ਜਿਹੜੀ ਦੀਵਾਲੀ ਹੈ ਉਹ ਕਾਲੀ ਦੀਵਾਲੀ ਮਨਾਈ ਜਾਣੀ ਆ ਸਾਰੇ ਪਿੰਡ ਦੇ ਵਿੱਚ ਸੋ ਬੇਨਤੀ ਕਰਦੇ ਹਾਂ ਸਾਰੇ ਨੌਜਵਾਨ ਵੱਲੋਂ ਨੌਜਵਾਨ ਸਭਾ ਵੱਲੋਂ ਕਿ ਜਿਹੜੀ ਦੀਵਾਲੀ ਹੈ ਭਾਈ ਐਤਕੀ ਆਪਾਂ ਨੇ ਗਮ ਦੇ ਵਿੱਚ ਉਹਦੇ ਮਾਤਮ ਦੇ ਵਿੱਚ ਇੱਕ ਸਰਕਾਰ ਦੇ ਮੱਥੇ 'ਤੇ ਕਲੰਕ ਵਜੋਂ ਮਨਾਉਣੀ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਗਰ ਮੂਸਾ ਪਿੰਡ ਦੇ ਸਮੂਹ ਵਾਸੀਆਂ ਨੂੰ ਬੇਨਤੀ ਹੈ ਹਾਂਜੀ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਵਿੱਚ ਗੁਰਦੁਆਰੇ ਤੋਂ ਇੱਕ ਅਪੀਲ ਕੀਤੀ ਗਈ ਜਿਸ ਨੂੰ ਕਿ ਸਾਰੇ ਪਿੰਡਾਂ ਨੂੰ ਮੰਨਣ ਲਈ ਕਿਹਾ ਗਿਆ ਅਸੀਂ ਸਾਰੇ ਹੀ ਇਸ ਚੀਜ਼ ਨਾਲ ਸਹਿਮਤ ਹਾਂ ਬਾਕੀ ਤੁਹਾਡੀ ਕਈ ਵਿਚਾਰ ਹੈ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਕਈ ਲੋਕ ਕਹਿ ਰਹੇ ਹਨ ਕਿ ਬੰਦੀ ਛੋੜ ਦਿਵਸ ਤਾਂ ਮਨਾਉਣਾ ਚਾਹੀਦਾ ਪਰ ਉਹਦੇ ਵਿੱਚ ਵੀ ਜੇ ਬੰਬ ਬੂੰਬ ਨਾ ਚਲਾਏ ਜਾਣ ਤਾਂ ਉਹਨਾਂ ਦੇ ਮਾਪਿਆਂ ਨੂੰ ਇੰਨਾ ਉਹ ਨਹੀਂ ਹੋਵੇਗਾ ਨਹੀਂ ਲੋਕਾਂ ਦੇ ਘਰ ਰੌਣਕਾਂ ਦੇਖ ਕੇ ਉਹਨਾਂ ਦਾ ਵੀ ਦਿਲ ਉਦਾਸ ਹੋ ਜਾਏਗਾ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦਾ ਹੈ ਵੀਡੀਓ ਦੇ ਵਿੱਚ ਧੰਨਵਾਦ